ਸ਼ਿਵਸੈਨਾ ਪੰਜਾਬ ਕੀ ਮਾਮਲਾ ਹੋਇਆ ਪਲਟਿਆ ਜੀ ਅੱਜ? ਸ਼ਿਵਰਾਤਰੀ ਕਲੈਕਸ਼ਨ ਕਰ ਰਹੇ ਸੀ, ਪੰਜ ਸ਼ਰਮਾ ਜੀ ਨਾਲ ਸੀ ਮੇਰੇ, ਜਿੰਮੀ ਕਰਵਾ ਜੀ, ਵਿਨੇ ਜੀ, ਅਸੀਂ ਵੀ ਐਸ ਚੁੱਲ੍ਹਾ ਦੇ ਅੰਦਰ ਪਾ ਮਹਾਰਾਜ ਦੇ ਮੁਹੱਲੇ ਦੇ ਵਿੱਚ ਅੰਦਰ ਵੀ ਐਸ ਚੁੱਲ੍ਹਾ ਪਰਚੀ ਕਟਾਉਣ ਚੱਲੇ ਅਤੇ ਸੱਤ ਚਾਰ ਪੰਜ ਛੇ ਜਣੇ ਪਹਿਲਾਂ ਸਾਡੇ ਦੇ ਚਪੇੜਾਂ ਚਪੜਾਂ ਮਾਰੀਆਂ ਆ ਕੇ ਇਹਨਾਂ ਨੇ ਭੱਜ ਕੇ ਆਈ, ਭੱਜ ਕੇ ਜਾਨ ਬਚਾਈ ਆ, ਫਿਰ ਸਾਡੇ ਮਗਰ ਹਾਕੀਆਂ ਲੈ ਕੇ ਆ ਕੇ, ਬੇਸਬੋਲ ਲੈ ਕੇ, ਦੋ ਨੰਬਰ ਗਲੀ ਸੁਭਾਸ਼ ਨਗਰ, ਅਤੇ ਇੱਕ ਘਰ ਖੁੱਲ੍ਹਾ ਦੀ ਮੇਰੇ ਹਾਕੀਆਂ ਮਾਰੀਆਂ, ਮੇਰੇ ਪੈਰ ਸੁੱਜੇ ਪਏ, ਕੋਈ ਗੱਲ ਨਹੀਂ, ਕੋਈ ਹੋਈ, ਕੋਈ ਬਾਤ ਨਹੀਂ ਹੋਈ। ਕਿੰਨੇ ਵਿਅਕਤੀ ਸੀ ਆਪਣੇ? ਪਿੰਦਾ ਪਿੰਦਾ ਕਹਿੰਦਾ ਸੀ, ਮੈਂ ਪਿੰਦਾ ਕਹਿੰਦਾ ਤੈਨੂੰ ਮਾਰ ਹੀ ਦੇਣਾ, ਜਾਨੋ ਹੀ ਮਾਰਨਾ ਤੈਨੂੰ ਕਹਿੰਦਾ। ਕਿੰਨੇ ਲੋਕ ਸੀ? ਸੱਤ ਅੱਠ ਜਣੇ ਦਾ ਹੈਗੇ ਸੀ ਨਾ। ਤੇ ਕੀ ਕੋਈ ਪੁਰਾਣੀ ਰੰਜਿਸ਼ ਵਗੈਰਾ ਦੇ ਹਮਲਾ ਹੋਇਆ? ਪਤਾ ਨਹੀਂ ਸਾਨੂੰ, ਤਾਂ ਸਾਡੀ ਤਾਂ ਪੁਰਾਣੀ ਰੰਜਿਸ਼ ਨਹੀਂ। ਤੁਸੀਂ ਕੋਲ ਪਤਾ ਹੀ ਕਿੰਨੇ ਲੋਕ ਸੀ? ਅਸੀਂ ਚਾਰ ਜਣੇ ਕਲੈਕਸ਼ਨ ਕਰ ਰਹੇ ਸੀ ਮਿਲਤਰੀ ਚੋਂ ਭਾਈ ਅਸਰਤ। ਉਹਨਾਂ ਤੇ ਵੀ ਹਮਲਾ ਹੋਇਆ? ਹਾਂ, ਉਹਨਾਂ ਦਾ ਉਹ ਜਦ ਤੱਕ ਉਹ ਸਮਾਨ ਬੇਸਬੋਲ ਆ ਕੇ ਲੈ ਗਏ, ਉਹ ਮੋਰੇ ਮੋਰੇ ਨਿਕਲ ਗਏ, ਮੈਂ ਆਪਣਾ ਬਚਾਅ ਕਰਦਾ ਰਿਹਾ, ਭੱਜੀ ਗਿਆ, ਅਤੇ ਜੇ ਮੈਂ ਨਾ ਘਰ ਦੇ ਅੰਦਰ ਵੜਦਾ ਤਾਂ ਉਹ ਕਹਿੰਦੇ ਤੈਨੂੰ ਮਾਰ ਹੀ ਦੇਣਾ। ਇੱਕ ਬੈਗ ਸੀਗਾ ਕਲੈਕਸ਼ਨ ਦਾ, ਉਹ ਵੀ ਹੈ ਨਹੀਂਗਾ। ਤੋੜ ਭੰਨ ਵੀ ਕੀਤੀ ਗਈ? ਪਤਾ ਨੀ, ਮੈਨੂੰ ਪਤਾ ਲੱਗਾ ਉਧਰ ਰਾਹੁਲ ਕਰਵਲ ਦੀ ਦੁਕਾਨ ਵੀ ਭੰਨ ਗਿਆ ਆ। ਕੀ ਨਾਮ ਆਪਣਾ? ਕੀ ਹੋਇਆ ਅੱਜ ਭਾਈ, ਜਿਹੜਾ ਪੂਰਾ ਮਾਮਲਾ ਸਿਵਲ ਚ ਆਏ ਆਪਾਂ? ਸਰ ਜੀ, ਮੈਂ ਲੁਧਿਆਣੇ ਤੋਂ ਹਜੇ ਵਾਪਸੀ ਪਹੁੰਚਿਆ ਸੀ ਆਪਣੀ ਖਰੀਦਦਾਰੀ ਕਰਕੇ ਮਾਲ ਦੀ। ਮੈਂ ਦੁਕਾਨ ਦੇ ਅੰਦਰ ਹੀ ਪਹੁੰਚਿਆ ਸੀ, ਕੁਛ ਪੰਜ ਤੋਂ ਛੇ ਨੌਜਵਾਨ ਆਉਣੇ ਨੀਅਰ ਅਬਾਊਟ, ਆ ਕੇ ਮੇਰੀ ਦੁਕਾਨ ਦੇ ਸ਼ੀਸ਼ੇ ਭੰਨਣੇ ਸ਼ੁਰੂ ਕਰ ਦਿੱਤੇ। ਮੈਨੂੰ ਨਾ ਕੋਈ ਸਮਝ ਲੱਗਾ, ਮੈਂ ਵੀ ਇੱਥੇ ਪਿਛਲੇ ਪਾਸੇ ਪੌੜੀਆਂ ਇੱਥੇ ਉੱਪਰ ਨੂੰ ਦੌੜ ਗਿਆ ਜੀ। ਮੈਂ ਉੱਪਰ ਨੂੰ ਚੜਿਆ, ਸ਼ੀਸ਼ੇ ਸ਼ੂਸ਼ੇ ਸਾਰੇ ਭੰਨ ਦਿੱਤੇ, ਕੀਮਤੀ ਸਮਾਨ ਘੜੀਆਂ ਘੁੜੀਆਂ ਮੇਰੀ ਦੁਕਾਨ ਦੇ ਹੁੰਦੀਆਂ, ਐਨ ਕਾਫੀ ਕੁਛ ਕੀਮਤੀ ਜਿਹੜਾ ਵੀ ਕਾਫੀ ਕੁਛ ਟੁੱਟ ਭੱਜ ਹੋਇਆ, ਹਜੇ ਤਾਂ ਮੈਨੂੰ ਉਸ ਬਾਰੇ ਵੀ ਨਹੀਂ ਕੁਛ ਪਤਾ ਹੈਗਾ ਕੀ ਕੁਛ ਹੋਇਆ ਜਾਂ ਕੀ ਨਹੀਂ। ਪੈਸੇ ਸੀਗੇ, ਪੈਸੇ ਪੂਸੇ ਵਿੱਚੋਂ ਦੀ ਜੋ ਨਕਦੀ ਸੀਗਾ ਨੀਅਰ ਅਬਾਊਟ 10 ਤੋਂ 20 ਦੇ ਵਿੱਚ ਵਿੱਚ ਅਰਾਊਂਡ ਹੋਊਗਾ ਮੇਰੇ ਅਰਾਊਂਡ, ਹਜੇ ਮੈਨੂੰ ਕੁਛ ਪੱਕਾ ਨਹੀਂ ਪਤਾ, ਜੋ ਵੀ ਦੇਖੂੰਗਾ ਜਾ ਕੇ ਨੀਅਰ ਅਬਾਊਟ ਇੰਨੇ ਦਊਂਗਾ 20-22 ਦੇ ਲੱਗ ਗਏ ਸਾਡੇ, ਉਹ ਵੀ ਇਹਦੇ ਵਿੱਚ ਮੈਨੂੰ ਕੁਛ ਅਜੇ ਤੱਕ ਦਿਖਿਆ ਉਸ ਵੇਲੇ। ਕੀ ਕਾਰਨ ਕੀ ਹੈ ਭਾਜੀ ਲੜਾਈ ਦਾ, ਜਿਹੜੀ ਤੁਹਾਡੀ ਦੁਕਾਨ ਤੋੜ ਭੰਨ ਕਰ? ਪਤਾ ਹੀ ਨਹੀਂ ਲੱਗਾ ਮੈਨੂੰ, ਆਪ ਨੂੰ ਨਹੀਂ ਹਜੇ ਤੱਕ ਪਤਾ ਕਿ ਕਿਸ ਕਰਕੇ ਉਹਨਾਂ ਨੇ ਅੱਗ ਮੇਰੇ ਦੁਕਾਨ ਤੇ ਅਟੈਕ ਕੀਤਾ ਜੀ। ਬੰਦੇ ਵਿੱਚੋਂ ਇੱਕ ਦੋ ਮੈਂ ਜਾਣਦਾ ਸੀ, ਤੁਸੀਂ ਦੇਖਿਆ ਕਿ ਗਿਆ ਪਿੰਡਾ ਪਿੰਡਾ ਮੁੰਡਾ ਜੀ ਅਸਾਲਟ ਹੋਇਆ ਸੁਭਾਸ਼ ਨਗਰ ਦੇ ਵਿੱਚ, ਅਤੇ ਜੋ ਸੱਟਾਂ ਲੱਗੀਆਂ ਨੇ ਅੰਡਰ ਆਬਜ਼ਰਵੇਸ਼ਨ ਨੇ, ਐਕਸਰੇ ਤੋਂ ਬਾਅਦ ਅਸੀਂ ਦੱਸਾਂਗੇ ਵਟ ਐਵਰ। ਕਿੱਦਾਂ ਲੱਗੀ ਕੰਡੀਸ਼ਨ ਮੈਡਮ? ਕੰਡੀਸ਼ਨ ਉਹਦਾ ਠੀਕ ਹੈ ਪੇਸ਼ੈਂਟ ਦੀ, ਬਟ ਕੋਈ ਸਸਪੈਕਟਿਡ ਜੇ ਫ੍ਰੈਕਚਰ ਹੋਊਗਾ ਐਕਸਰੇ ਤੋਂ ਬਾਅਦ। ਕਿਹੜੀ ਜਗ੍ਹਾ ਦੇ ਰਹਿਣ ਵਾਲੇ ਦੱਸਿਆ ਇਹਨਾਂ ਨੇ? ਸੁਭਾਸ਼ ਨਗਰ। ਇੱਕ ਦਿਨ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਮਿਸਟਰ ਰਜੇਸ਼ ਪਲਟਾ ਨੇ, ਉਹਨਾਂ ਦੇ ਕਿਸੇ ਨੇ ਇੱਦਾਂ ਕੁਛ ਲੜਕੇ ਨੇ ਜਿਨ੍ਹਾਂ ਨੇ ਸੁਭਾਸ਼ ਨਗਰ ਦੇ ਏਰੀਆ ਦੇ ਵਿੱਚ ਕੁਛ ਇਹਨਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਅਤੇ ਇਹਨਾਂ 'ਤੇ ਸੱਟਾਂ ਲੱਗੀਆਂ ਨੇ, ਅਸੀਂ ਮੌਕੇ 'ਤੇ ਆਏ ਹਾਂ, ਇਹਨਾਂ ਦੀ ਸਟੇਟਮੈਂਟ ਵੀ ਰਿਕਾਰਡ ਕਰ ਰਹੇ ਹੈਗੇ, ਔਰ ਜੋ ਐਜ਼ ਪਰ ਲੀਗਲ ਐਕਸ਼ਨ ਹੋਏਗਾ ਵੀ ਵਿਲ ਟੇਕ ਕੇਅਰ, ਔਰ ਪੁਲਿਸ ਨੇ ਵੀ ਡਿਪਿਊਟਿਡ ਆਰ ਪਾਰਟੀਜ਼ ਟੂ ਰਾਊਂਡ ਅਪ ਜਿੰਨੇ ਵੀ ਇਹ ਜਿਨ੍ਹਾਂ ਦੀ ਸਕਫਲ ਹੋਈ ਆਪਸ 'ਚ ਲੜਾਈ ਝਗੜਾ ਕੀਤਾ ਹੈ, ਕਾਨੂੰਨ ਨੂੰ ਹੱਥ 'ਚ ਲਿਆ, ਉਹ ਸਾਰੇ ਅਸੀਂ ਬੰਦੇ ਰਾਊਂਡ ਅਪ ਕਰਾਂਗੇ, ਐਂਡ ਵੀ ਵਿਲ ਮੇਨਟੇਨ ਕੰਪਲੀਟ ਇਹ ਪੀਸਫੁਲ ਸਿਨੈਰੀਓ ਇਹਦਾ ਮੇਨਟੇਨ ਰਹੇ ਫਗਵਾੜਾ ਦਾ, ਔਰ ਅਸੀਂ ਪੁਲਿਸ ਡਿਪਲੋਏ ਕਰ ਰਹੇ ਜੀ। ਜੀ ਜੀ ਜੀ, ਸਾਨੂੰ ਇਹ ਪਤਾ ਲੱਗਿਆ, ਵੀ ਆਰ ਵੈਰੀਫਾਈਂਗ ਇੰਟਾਇਰ ਮੈਟਰ ਵੀ ਕਿਵੇਂ ਕਿਵੇਂ ਹੋਇਆ, ਕੌਣ ਕੌਣ ਆਇਆ, ਕਿਹੜੇ ਕਿਹੜੇ ਇਨਵੋਲਵ ਸੀ ਇਸ ਕਪਲ ਦੇ ਵਿੱਚ, ਵੀ ਵਿਲ ਟੇਕ ਐਕਸ਼ਨ ਐਸ ਪਰ ਲਾਅ। ਪਲਟਾ ਜੀ ਨੇ ਦੱਸਿਆ ਵੀ ਕੌਣ ਲੋਕ ਸੀ ਉਹ? ਹਾਂਜੀ, ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ, ਦੱਸਿਆ ਵੀ ਆਰ ਵੈਰੀਫਾਈਂਗ, ਔਰ ਅਸੀਂ ਸਾਰਾ ਐਸ ਪਰ ਜੋ ਵੀ ਹੈ ਵੈਰੀਫਾਈ ਕਰਕੇ ਇਨਵੈਸਟੀਗੇਟ ਕਰਕੇ ਇਹਨੂੰ ਪ੍ਰੋਪਰ ਇਹਦਾ।
ਇਹ ਜੀ ਦੋਨੋਂ ਅਲੱਗ ਅਲੱਗ ਸੰਸਥਾਵਾਂ ਤੋਂ ਨੇ ਔਰ ਮਲਟੀਪਲ ਲੋਕਾਂ ਦੇ ਨਾਮ ਹੈਗੇ ਨੇ ਵਿੱਚ ਇਹਦੇ ਅਤੇ ਅਸੀਂ ਵੈਰੀਫਾਈ ਕਰਕੇ ਵੀ ਵਿਲ ਟੇਕ ਝਗੜੇ ਦਾ ਕਾਰਨ ਕੀ ਸਮਝ ਆ ਰਿਹਾ ਮੈਡਮ ਫਿਲਹਾਲ ਤਾਂ ਇਹ ਦੱਸ ਰਹੇ ਨੇ ਕਿ ਇਹ ਮੋਮੈਂਟਰੀਲੀ ਹੋਇਆ ਉਸੇ ਮੌਕੇ 'ਤੇ ਹੀ ਹੋਇਆ ਅਤੇ ਇਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਦਾ ਕੋਈ ਸ਼ਿਵਰਾਤਰੀ ਦਾ ਸੀਗਾ ਸਮਾਗਮ ਉਹਦੇ ਸੰਬੰਧ ਦੇ ਵਿੱਚ ਉੱਧਰ ਕਲੈਕਸ਼ਨ ਕਰਨ ਗਏ ਸੀਗੇ ਅਤੇ ਉੱਥੇ ਮੌਕੇ 'ਤੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਅਤੇ ਜਿਹਦੇ ਵਿੱਚ ਇਹ ਸਕਫਲ ਦੇ ਵਿੱਚ ਇਹਨਾਂ ਦੀ ਆਪਸ ਜੀ ਜੀ ਇਹ ਸਾਡੀ ਟੀਮਸ ਲੈ ਰਹੀਆਂ ਨੇ ਕਲੈਕਟ ਕਰ ਰਹੇ ਅਸੀਂ ਸਾਰਾ ਵੈਰੀਫਾਈ ਕਰਕੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਜਿੱਥੇ ਵੀ ਜੋ ਸਕਫਲ ਹੋਈ ਜਿਹਨੇ ਕੋਈ ਸਿੱਟਾ ਮਾਰੀਆਂ ਨੇ ਵੀ ਵਿਲ ਟੇਕ ਸਟ੍ਰਿਕਟ ਐਕਸ਼ਨ ਕੀ ਦੂਸਰੀ ਪਾਰਟੀ ਦਾ ਕੋਈ ਦਾਖਲ ਹੋਇਆ ਹਸਪਤਾਲ 'ਚ ਅਜੇ ਸਾਨੂੰ ਇਹਨਾਂ ਦਾ ਹੀ ਪਤਾ ਲੱਗਿਆ ਜੀ ਵੀ ਆਰ ਸਟਿਲ ਵੈਰੀਫਾਈਂਗ